ਜਵਾਨ ਸਾਡੀ ਬਾਰਡਰਾਂ 'ਤੇ ਰਾਖੀ ਕਰ ਰਹੇ ਨੇ, ਕਿਸਾਨ ਸਾਡੀ ਇੱਥੇ ਕਰ ਰਹੇ ਨੇ, ਅਤੇ ਮੇਰੀ ਡਿਊਟੀ ਨਹੀਂ ਬਣਦੀ? ਉਹ ਇੰਨੀ ਗਰਮੀ ਦੇ ਵਿੱਚ ਅੱਜ 40 ਤੋਂ 45 ਡਿਗਰੀ ਤਾਪਮਾਨ ਹੋਊਗਾ, ਉਹ ਡਿਊਟੀ ਨੂੰ ਨਿਭਾਉਣ ਵਾਸਤੇ ਮੈਂ ਇੱਥੇ ਆਇਆ, ਕਿਉਂਕਿ ਉਹ ਸਾਡੀ ਲੜਾਈ ਲੜ ਰਹੇ ਨੇ। ਇਹ 150 ਰੁਪਏ ਤੋਂ ਸ਼ੁਰੂ ਹੋਇਆ ਸੀ, 24 ਘੰਟੇ ਦੀ ਪਰਚੀ ਹੁੰਦੀ ਸੀ, ਉਹ 24 ਘੰਟੇ ਵੈਲਿਡ ਹੁੰਦੀ ਸੀ, ਤੁਸੀਂ ਜਿੰਨੀ ਵਾਰੀ ਮਰਜ਼ੀ ਆਓ। 24 ਘੰਟੇ ਤੋਂ ਬਾਅਦ ਉਹਨਾਂ ਨੇ ਵਨ ਸਾਈਡ ਕੀਤੀ, ਕੋਈ ਨਹੀਂ ਬੋਲਿਆ। ਇਹ ਸਿਰਫ ਅਤੇ ਸਿਰਫ ਜਿਹੜਾ ਜਜ਼ਬਾ ਅਤੇ ਜਨੂੰਨ ਹੈ ਨਾ ਕਿਸਾਨਾਂ ਦੇ ਵਿੱਚ, ਤੁਸੀਂ ਮੈਂ ਵੀ ਇੱਕ ਦਿਨ ਤੋਂ ਵੱਧ ਇਸ ਧਰਨੇ 'ਤੇ ਨਹੀਂ ਬਹਿ ਸਕਦੇ, ਕਿਉਂਕਿ ਸਾਨੂੰ ਆਪਣੀਆਂ ਪਰਿਵਾਰਕ ਮਜਬੂਰੀਆਂ ਰੁਝੇਵੇ ਮਾਰ ਜਾਂਦੇ। ਸੋ ਅੱਜ ਇਹਨਾਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ। ਮੈਂ ਲੋਕਾਂ ਨੂੰ ਤਾਂ ਕਰਕੇ ਰੋਕ ਕੇ ਅਪੀਲ ਕਰ ਰਿਹਾ ਸੀ ਕਿ ਤੁਸੀਂ ਇੱਥੇ ਆ ਕੇ ਨਾਲ ਸਾਥ ਦਿਓ। ਹੁਣ ਤੁਸੀਂ ਚਿੰਤਪੁਰਨੀ ਜਾਂਦੇ ਹੋ, 40 ਤੋਂ 50 ਰੁਪਏ ਦੀ ਇੱਕੋ ਹੀ ਪਰਚੀ ਕੱਢਦੀ ਹੈ ਗਗਰੇਡ, ਪੂਰਾ ਹਿਮਾਚਲ ਘੁੰਮ ਲਓ ਤੁਸੀਂ ਭਾਅ ਜੀ, ਕਿਤੇ ਵੀ ਉਹ ਉੱਥੇ ਨਹੀਂ ਹੈ। ਇੱਥੇ ਤੁਸੀਂ 30-30 ਕਿਲੋਮੀਟਰ ਤੋਂ ਬਾਅਦ ਦੇਖੋ ਕਿ ਟੋਲ ਪਲਾਜ਼ੇ ਐਂ ਲੱਗੇ ਹੋਏ ਆ ਕਿ ਜਿਵੇਂ ਮਤਲਬ ਪ੍ਰਾਈਵੇਟ ਗੁੰਡੇ ਬੈਠੇ ਆ। ਤੁਸੀਂ ਉਹਨਾਂ ਨਾਲ ਲੜ ਨਹੀਂ ਸਕਦੇ, ਤੁਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ। ਵੋਟਾਂ ਵੇਲੇ ਬਹੁਤ ਵੱਡੀਆਂ ਗੱਲਾਂ, ਹਰੇਕ ਕੋਈ ਲੀਡਰ ਕਰਦਾ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਨਾਮ ਨਹੀਂ ਲੈਂਦਾ, ਪਰ ਅੱਜ ਇੱਥੇ ਉਹਨਾਂ ਨੂੰ ਖੜਨਾ ਚਾਹੀਦਾ ਸੀ, ਕਿਉਂਕਿ ਅੱਜ ਜਲੰਧਰ ਇਲੈਕਸ਼ਨ ਬਾਈ ਇਲੈਕਸ਼ਨ ਹੋ ਰਿਹਾ, ਹਰੇਕ ਪਾਰਟੀ ਦਾ ਲੀਡਰ ਇਸੇ ਟੋਲ ਪਲਾਜ਼ਾ ਤੋਂ ਲੰਘ ਕੇ ਜਾ ਰਿਹਾ। ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਅਤੇ ਮੈਂ ਹਾਂ ਯੂਮਬਈ। ਲਗਾਤਾਰ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਿਹੜਾ ਜਾਰੀ ਹੈ, ਅਤੇ ਉੱਥੇ ਹੀ ਮੇਰੇ ਨਾਲ ਕਾਂਗਰਸ ਦੇ ਵਰਕਰ ਮੌਜੂਦ ਨੇ, ਜਿੱਥੇ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਅ ਜੀ ਕਿਸ ਤਰ੍ਹਾਂ ਦੇ ਦਿਓ ਐਡਾ ਟੂਲ ਪਲਾਜ਼ਾ ਜਿਹੜਾ ਕਿ ਤਾਲਾ ਲੱਗਣ ਜਾ ਰਿਹਾ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਬਹੁਤ ਵਧੀਆ ਉਪਰਾਲਾ, ਮੈਂ ਆਪਣੇ ਸਾਰੇ ਰੁਝੇਵੇਂ ਛੱਡ ਕੇ ਆਪਣੀ ਮੋਰਲ ਡਿਊਟੀ ਨੂੰ ਪੂਰੀ ਕਰਨ ਵਾਸਤੇ ਇੱਥੇ ਆਇਆ। ਅਸੀਂ ਦੇਸ਼ ਦੇ ਵਿੱਚ ਸਾਡੇ ਕਿਨਾਰਾ ਚੱਲਦਾ ਜੈ ਜਵਾਨ ਜੈ ਕਿਸਾਨ, ਜਵਾਨ ਸਾਡੀ ਬਾਰਡਰਾਂ 'ਤੇ ਰਾਖੀ ਕਰ ਰਹੇ ਨੇ, ਕਿਸਾਨ ਸਾਡੀ ਇੱਥੇ ਕਰ ਰਹੇ ਨੇ, ਅਤੇ ਮੇਰੀ ਡਿਊਟੀ ਨਹੀਂ ਬਣਦੀ? ਉਹ ਇੰਨੀ ਗਰਮੀ ਦੇ ਵਿੱਚ ਅੱਜ 40 ਤੋਂ 45 ਡਿਗਰੀ ਤਾਪਮਾਨ ਹੋਊਗਾ, ਉਹ ਡਿਊਟੀ ਨੂੰ ਨਿਭਾਉਣ ਵਾਸਤੇ ਮੈਂ ਇੱਥੇ ਆਇਆ, ਕਿਉਂਕਿ ਉਹ ਸਾਡੀ ਲੜਾਈ ਲੜ ਰਹੇ ਨੇ। ਉਹਨਾਂ ਦੇ ਤਾਂ ਆਈ ਡੀ ਕਾਰਡ ਬਣੇ ਹੋਏ ਨੇ, ਉਹਨਾਂ ਨੂੰ ਕੋਈ ਲੋੜ ਨਹੀਂ ਹੈ, ਪਰ ਇਹ ਲੜਾਈ ਸਾਡੀ ਹੈ। ਅਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ, ਲੁਧਿਆਣਾ ਵਾਸੀਆਂ ਨੂੰ ਖਾਸ ਕਰਕੇ ਇਹ ਬੇਨਤੀ ਅਤੇ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵੀ ਇੱਥੋਂ ਹੁਣ ਫ੍ਰੀ ਟੋਲ ਆਪਾਂ ਆਹ ਮਜ਼ਾ ਆਨੰਦ ਲੈ ਰਹੇ ਹਾਂ, ਅਤੇ ਇੱਥੇ ਖੜ੍ਹ ਕੇ 2 ਮਿੰਟ ਉਹਨਾਂ ਨਾਲ ਜ਼ਰੂਰ ਆਪਣਾ ਜਿਹੜਾ ਉਹ ਸ਼ੇਅਰ ਪਾਉਣਾ ਚਾਹੀਦਾ। ਸਿਰਫ ਅਸੀਂ ਟਾਈਮ ਲੈਣਾ 2 ਮਿੰਟ, ਕੋਈ ਹੋਰ ਨਹੀਂ ਲੈਣਾ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗੇ ਇਹ ਹਜੂਮ ਜਿਹੜਾ ਅੱਜ ਲੱਗਿਆ, ਜਿਹੜੇ ਅੱਜ ਲੋਕ ਘਰੇ ਏਸੀਆਂ ਵਿੱਚ ਸੁੱਤੇ ਪਏ ਨੇ, ਖਾਸ ਕਰਕੇ ਲੁਧਿਆਣਾ ਵਾਸੀ, ਕਿਉਂਕਿ ਜਿਹੜਾ ਇਹ ਸਰਾਊਂਡਿੰਗ ਹੈ ਲੁਧਿਆਣਾ ਨੇੜੇ ਪੈਂਦਾ, ਸਭ ਤੋਂ ਜ਼ਿਆਦਾ ਲੁਧਿਆਣਾ ਹੀ ਇਫੈਕਟ ਹੁੰਦਾ, ਬਿਲਕੁਲ ਇਫੈਕਟ ਹੁੰਦਾ ਜੀ। ਮੈਂ ਬਹੁਤ ਪਰੇਸ਼ਾਨ ਸੀ, ਮੈਂ ਪਿੱਛੇ ਚਿੰਤਪੁਰਨੀ ਗਿਆ, ਮੈਂ ਨਾ ਜਦੋਂ ਫਾਸਟੈਗ ਬਦਲ ਗਿਆ ਤਾਂ 700 ਰੁਪਇਆ ਮੈਨੂੰ ਲੱਗਿਆ ਨਵਾਂ ਫਾਸਟੈਗ ਬਣਾਉਣ 'ਤੇ, ਮੈਨੂੰ ਬੜਾ ਚੁੱਭਿਆ। ਪਰ ਅੱਜ ਮੈਂ ਸਾਰੀ ਗਰਮੀ ਸਾਰਾ ਕੁਝ ਭੁੱਲ ਕੇ ਅੱਜ ਇੱਥੇ ਆਇਆ, ਅਤੇ ਮੈਂ ਗੱਡੀਆਂ ਵਾਲਿਆਂ ਨੂੰ ਅਪੀਲ ਕਰਾਂਗਾ ਤੁਹਾਡੇ ਸਾਹਮਣੇ ਕਿ ਉਹਨਾਂ ਨੂੰ ਰੋਕ ਕੇ ਇੱਥੇ ਵਿੱਚ ਉਹਨਾਂ ਦੀ ਪਿੱਠ ਥਪ ਥਪਾਉਣੀ ਚਾਹੀਦੀ ਹੈ। ਕਿਉਂ ਨਹੀਂ ਥਪ ਥਪਾਉਣੀ ਚਾਹੀਦੀ? ਇਹ ਉਹਨਾਂ ਦੀ ਡਿਊਟੀ ਬਣਦੀ ਹੈ, ਤੁਹਾਡੇ ਲਈ ਲੜ ਰਹੇ ਹੈ, ਤਾਂ ਤੁਹਾਡੇ ਸਾਹਮਣੇ ਆ। ਮੈਂ ਇੱਕ ਗੱਲ ਦੇਖ ਰਿਹਾ ਵਾਂ, ਜਦੋਂ ਆਪਾਂ ਗੱਡੀ ਕਢਾਉਣ ਜਾਂਦੇ ਹਾਂ ਅਤੇ ਉਹਦਾ ਇੱਕ ਰੋਡ ਟੈਕਸ ਲੈਂਦਾ ਵਾ, ਰੋਡ ਟੈਕਸ ਕਾਹਦਾ ਲਿੱਤਾ ਜਾਂਦਾ ਵਾ? ਭਾਜੀ ਰੋਡ ਟੈਕਸ ਜਿਹੜਾ 10% ਆ ਹਰੇਕ ਗੱਡੀ 'ਤੇ, 10 ਤੋਂ 12% ਹੈ। ਤੁਸੀਂ ਦੇਖੋ ਟੂਲ ਪਲਾਜ਼ਾ ਕਿਉਂ, ਮੈਂ ਦੱਸਦਾ, ਹੁਣ ਤੁਸੀਂ ਚਿੰਤਪੁਰਨੀ ਜਾਂਦੇ ਹੋ, 40 ਤੋਂ 50 ਰੁਪਏ ਦੀ ਇੱਕੋ ਹੀ ਪਰਚੀ ਕੱਢਦੀ ਹੈ ਗਗਰੇਟ, ਪੂਰਾ ਹਿਮਾਚਲ ਘੁੰਮ ਲਓ ਤੁਸੀਂ ਭਾਅ ਜੀ, ਕਿਤੇ ਵੀ ਉਹ ਉੱਥੇ ਨਹੀਂ ਹੈ। ਇੱਥੇ ਤੁਸੀਂ 30-30 ਕਿਲੋਮੀਟਰ ਤੋਂ ਬਾਅਦ ਦੇਖੋ ਕਿ ਟੋਲ ਪਲਾਜ਼ੇ ਐਂ ਲੱਗੇ ਹੋਏ ਆ ਕਿ ਜਿਵੇਂ ਮਤਲਬ ਪ੍ਰਾਈਵੇਟ ਗੁੰਡੇ ਬੈਠੇ ਆ। ਤੁਸੀਂ ਉਹਨਾਂ ਨਾਲ ਲੜ ਨਹੀਂ ਸਕਦੇ, ਤੁਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ। ਇਹ ਚੀਜ਼ਾਂ ਕਿਉਂ ਹੋਈਆਂ? ਇਹ ਸਰਕਾਰਾਂ ਦੀਆਂ, ਸਭ ਮਿਲੀ ਭਗਤ ਹੈ। ਅੱਜ ਹੁਣ ਜੀਓ ਦਾ ਟੈਰਿਫ ਜਿਹੜਾ ਮੋਬਾਈਲ ਆਪਾਂ ਯੂਜ਼ ਕਰ ਰਹੇ ਹਾਂ, ਸਰਕਾਰ ਬਣਨ ਤੋਂ ਬਾਅਦ ਹੀ 20-25% ਰੇਟ ਵੱਧ ਗਏ। ਇਹ ਕਿਉਂ ਵਧੇ? ਉਹੀ ਜੀਓ ਸੀ ਜਿਹੜਾ ਤੁਹਾਨੂੰ ਪਹਿਲਾਂ ਫ੍ਰੀ ਤੋਂ ਨੇ, ਤੁਹਾਨੂੰ ਆਦਤ ਲਾਈ, ਤੁਹਾਨੂੰ ਨਸ਼ਾ ਲਾਇਆ। ਨਸ਼ਾ ਹੀ ਹੈ ਇੱਕ ਮੋਬਾਈਲ, ਅੱਜ ਇੱਕ ਜ਼ਰੂਰਤ ਬਣ ਚੁੱਕਿਆ ਮੋਬਾਈਲ, ਮੋਬਾਈਲ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੈ। ਪਰ ਅੱਜ ਅਸੀਂ 30% ਜਾਂ 25% ਉਹਦੇ ਖਿਲਾਫ ਕੋਈ ਅੰਦੋਲਨ ਨਹੀਂ ਕਰ ਸਕਦੇ। ਭਾਅ ਜੀ ਜੇ ਰੇਟ ਵਧਾ ਵੀ ਰਹੇ ਤਾਂ ਸੜਕਾਂ ਵੀ ਨਹੀਂ ਬਣ ਰਹੀਆਂ, ਅਤੇ ਮੌਕੇ 'ਤੇ ਜਿਹੜੀ ਟੂਲ ਪਲਾਜ਼ਾ 'ਤੇ ਐਂਬੂਲੈਂਸ ਖੜੀ ਹੁੰਦੀ ਉਹ ਵੀ ਨਹੀਂ ਮੌਕੇ 'ਤੇ ਪਹੁੰਚ ਪਾਉਂਦੀ, 108 ਹੀ ਪਹੁੰਚਦੀ, ਕਿਉਂ ਹੈ? ਕੋਈ ਵੀ ਸੁਵਿਧਾਵਾਂ ਨਹੀਂ ਹੈ। ਅੱਜ ਤੋਂ 2 ਤੋਂ 2.5 ਸਾਲ ਪਹਿਲਾਂ ਇੱਕ ਇੱਥੇ
ਇੱਕ ਇੱਥੇ ਇੰਸੀਡੈਂਟ ਹੋਇਆ ਸੀ, ਇੱਕ ਬੱਚਾ ਆਪਣੀ ਮਾਂ ਦੇ ਨਾਲ ਕੁਛ ਜਲ ਪ੍ਰਵਾਹ ਕਰਨ ਆਇਆ ਸੀ ਇੱਥੇ ਉਹ ਪੁੱਲ 'ਤੇ, ਜਦੋਂ ਪੁੱਲ 'ਤੇ ਉਹ ਪ੍ਰਵਾਹ ਕਰਨ ਲੱਗਿਆ ਸੀ ਤਾਂ ਵਿੱਚੋਂ ਨਿਕਲ ਕੇ ਉਹ ਪੈਰ ਸਲਿਪ ਕਰਕੇ ਉਹਦੇ ਵਿੱਚ ਜਾ ਕੇ ਉਹਦੀ ਡੈਥ ਹੋ ਗਈ ਸੀ। ਸੋ ਸੁੱਖ ਸੁਵਿਧਾਵਾਂ ਕੋਈਆਂ ਨਹੀਂ ਹੈ, ਪਰ ਆ ਜਿੰਨੇ ਵੀ ਗੱਡੀਆਂ ਵਾਲੇ ਇੱਥੋਂ ਲੰਘ ਰਹੇ ਇਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਇਹਨਾਂ ਨੂੰ ਖੜਨਾ ਚਾਹੀਦਾ। ਇਹ ਸਾਰਾ ਦੇ ਸਾਰਾ ਮਿਲੀ ਭੁਗਤ ਹੈ ਜੀ। ਅੱਜ ਕਿਸਾਨ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ, ਮੈਂ ਵੀ ਬੜੀ ਵਾਰੀ ਸੋਚਿਆ ਸੀ, ਪਰ ਕੋਈ ਵੀ ਇਕੱਲਾ ਬੰਦਾ ਕੋਈ ਵੀ ਕੰਮ ਨਹੀਂ ਕਰ ਸਕਦਾ। ਹੁਣ ਰੋਕ ਕੇ ਪੁੱਛੋਗੇ? ਹਾਂ ਬਿਲਕੁਲ ਪੁੱਛਦਾ ਜੀ ਤੁਹਾਡੇ ਸਾਹਮਣੇ ਕਿ ਕਿਉਂ ਲੱਗੇ ਆ, ਤੁਹਾਡੇ ਅਤੇ ਸਾਡੇ ਵਾਸਤੇ ਲੱਗੇ ਆ, ਉਹ ਕਿਸਾਨ ਭਰਾ ਆਪਣੇ ਲਈ ਬੈਠੇ ਆ। ਅਤੇ ਮੇਰੀ ਤੁਹਾਨੂੰ ਸਿਰਫ ਇੱਕੋ ਹੀ ਬੇਨਤੀ, ਤੁਸੀਂ ਸ਼ਾਇਦ ਹੋਲੀਡੇਜ਼ ਬੱਚਿਆਂ ਨੂੰ ਇੰਜੋਏ ਕਰਨ ਚੱਲੇ ਹੋਵੋਗੇ ਅਤੇ 5 ਮਿੰਟ ਦਾ ਸ਼ੇਅਰ ਜ਼ਰੂਰ ਆਪਣਾ ਇੱਥੇ ਖੜ੍ਹ ਕੇ ਉਹਨਾਂ ਦੀ ਪਿੱਠ ਜ਼ਰੂਰ ਥਪਥਪਾਓ। ਕਿਉਂ? ਇਹ ਆਪਣੇ ਲਈ ਲੜ ਰਹੇ ਨੇ, ਇਹਨਾਂ ਦੇ ਪਾਸ ਜਿਹੜੇ ਆ ਨਾ ਉਹ ਬਣੇ ਹੋਏ ਆ। ਤੁਸੀਂ ਅੱਜ ਲੰਘ ਰਹੇ ਹੋ, ਕਿੰਨਾ ਕੰਫਰਟ ਫੀਲ ਹੋ ਰਿਹਾ। ਔਰ ਤੁਸੀਂ ਜਦੋਂ ਜਾਣਾ ਹੈ ਤੁਹਾਨੂੰ ਤੇਲ ਨਹੀਂ ਚੁਭਣਾ, ਇਹ ਟੋਲ ਜ਼ਰੂਰ ਚੁਭਦਾ, ਇਹ ਤੁਹਾਡਾ ਤੇ ਮੇਰਾ ਫਰਜ਼ ਬਣਦਾ। ਮੈਂ ਤਾਂ ਸਿਰਫ ਬੇਨਤੀ ਕਰ ਸਕਦਾ, ਮੈਂ ਸਾਰਿਆਂ ਨੂੰ ਕਰਾਂਗਾ। ਸੋ ਬਿਲਕੁਲ, ਟੈਕਸੀ ਯੂਨੀਅਨ ਵੀ, ਟਰਾਂਸਪੋਰਟ ਯੂਨੀਅਨ ਵੀ ਇੱਥੇ ਹੈ। ਤੁਹਾਡਾ ਕੀ ਰੋਲ ਬਣਦਾ? ਸਾਡਾ ਠੀਕ ਹੀ ਆ, ਹੋਈ ਹੈ, ਹਮੇਸ਼ਾ ਤੰਗ ਕਰਦੇ ਆ। ਤੁਸੀਂ ਗੱਡੀ ਲਾ ਕੇ ਸਾਡਾ 2 ਮਿੰਟ ਵਾਸਤੇ ਸਾਥ ਦਿਓ, ਉਹਨਾਂ ਦੀ ਹੌਸਲਾ ਅਫਜਾਈ ਕਰੋ। 2 ਮਿੰਟ ਹੋ ਗਏ, 2 ਮਿੰਟ ਵਾਸਤੇ ਕਿਉਂ ਭਾਈ? ਕਿਤੇ ਸਾਈਡ ਦੇ ਲਾ, ਗੱਡੀ ਲਾ ਲਓ ਇੱਥੇ ਹੀ ਕਰ ਲਓ ਜੋ ਕਰਨਾ ਹੈ। 2 ਮਿੰਟ ਇਹ ਹਮੇਸ਼ਾ ਟੋਲ ਵਾਲਾ ਤੰਗ ਕਰਦੇ ਹੈਗੇ। ਫਿਰ ਤੁਹਾਡਾ ਫਾਇਦਾ ਹੋ ਰਿਹਾ ਨਾ, ਤੇ ਤੁਹਾਨੂੰ ਥੱਲੇ ਆਣਾ ਚਾਹੀਦਾ, ਇਹ ਜ਼ਿੰਮੇਵਾਰੀ ਤੁਹਾਡੀ। ਗੱਡੀ ਬੰਦ ਸਾਈਡ ਤੇ ਲਾ ਦੇ ਭਾਈ, ਸਾਈਡ ਤੇ ਲਾ ਦੇ। ਸੋ ਬਿਲਕੁਲ, ਤਸਵੀਰਾਂ ਦੇ ਵਿੱਚ ਬਿਆਨ ਕੀਤਾ ਜਾ ਰਿਹਾ ਵਾ ਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ, ਹਰ ਇੱਕ ਗੱਡੀ ਵਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਸਮਰਥਕ ਦਿਓ ਇੱਥੇ ਲੱਡਵਾਲ ਟੋਲ ਪਲਾਜ਼ੇ 'ਤੇ। ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ, ਜਿਹੜਾ ਕਾਂਗਰਸ ਵਰਕਰ ਨੇ ਲਗਾਤਾਰ ਪੈਸੰਜਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ, ਅਤੇ ਇਹ ਵੀ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਤੁਸੀਂ ਵੀ ਜਿਹੜਾ ਕਿ ਇੱਥੇ ਆ ਕੇ ਸਮਰਥਕ ਦਿਓ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੇ ਨਾਲ, ਜਿੱਥੇ ਕਿ ਇਹ ਤੁਹਾਡੇ ਲਈ ਲੜਾਈ ਲੜ ਰਹੇ ਹੈ, ਕਿਸੇ ਹੋਰ ਨਹੀਂ ਲੜਾਈ ਲੜ ਰਹੇ। ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਜਿਵੇਂ ਜਵਾਨ ਇੱਕ ਬਾਰਡਰ 'ਤੇ ਬੈਠਾ ਹੁੰਦਾ ਵੈ, ਰੱਖਿਆ ਕਰਦਾ ਹੁੰਦਾ ਦੇਸ਼ ਦੀ, ਅਤੇ ਇੱਦਾਂ ਹੀ ਭਾਰਤੀ ਕਿਸਾਨ ਯੂਨੀਅਨ ਜਿਹੜੀ ਕੀ ਹੈ ਇੱਥੇ ਤੁਹਾਡੀ ਰੱਖਿਆ ਦੇ ਵਿੱਚ ਹਾਜ਼ਰ ਹੈ। ਅਤੇ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿ ਕੌਨਵੇ ਵੀ ਇੱਥੋਂ ਲੰਘ ਰਹੀਆਂ ਨੇ, ਜਿਹੜੀ ਆਰਮੀ ਦੀ ਗੱਡੀਆਂ ਨੇ ਉਹ ਵੀ ਇੱਥੋਂ ਲੰਘ ਰਹੀਆਂ ਨੇ। ਲਗਾਤਾਰ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ, ਤਸਵੀਰਾਂ ਨੇ ਇਹ ਬੇਨਤੀ ਹੋਈ ਕਰਦੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ। ਸਰ ਕੀ ਸਰ ਗੱਡੀਆਂ ਜਿਹੜੀਆਂ ਰੋਕ ਰਹੇ ਹੋ, ਤੁਸੀਂ ਕਿਉਂ ਰੋਕ ਰਹੇ ਹੋ, ਕੀ ਕਾਰਨ? ਮੈਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦਾ, ਜਗਾਉਣਾ ਚਾਹੁੰਦਾ, ਕਿਉਂਕਿ ਅੱਜ ਜੇ ਟੋਲ ਪਲਾਜ਼ਾ ਫ੍ਰੀ ਹੋ ਰਿਹਾ ਨਾ, ਇਹ ਉਹਨਾਂ ਲੋਕਾਂ ਵਾਸਤੇ ਹੋ ਰਿਹਾ, ਪਰ ਲੋਕ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਭੱਜ ਰਹੇ ਨੇ। ਲੋਕਾਂ ਨੂੰ ਐਂ ਲੱਗਦਾ ਕਿ ਤੁਸੀਂ ਕੰਮ ਕਰ ਰਹੇ ਹੋ ਤਾਂ ਬਹੁਤ ਵਧੀਆ ਕਰ ਰਹੇ ਹੋ, ਪਰ ਅਸੀਂ ਕਿਉਂ ਕਰੀਏ? ਅਗਲਿਆਂ ਨੂੰ ਏਸੀ ਗੱਡੀ 'ਚੋਂ ਬਾਹਰ ਆਉਣ ਵਾਸਤੇ ਬੜਾ ਔਖਾ ਲੱਗ ਰਿਹਾ, ਕੋਈ ਕਹਿੰਦਾ ਮੈਨੂੰ ਐਮਰਜੈਂਸੀ ਹੈ, ਕੋਈ ਕਹਿੰਦਾ ਮੈਨੂੰ ਹੈਲਥ ਦੀ ਪ੍ਰੋਬਲਮ ਹੈ, ਪਰ ਇਹ ਸਾਰੇ ਬਹਾਨੇ ਆ। ਪੰਜਾਬੀ 'ਚ ਇੱਕ ਗੱਲ ਹੁੰਦਾ ਨਾ, ਜਦੋਂ ਵੀ ਕਿਤੇ ਕੋਈ ਗੱਲ ਚੱਲ ਰਹੀ ਹੁੰਦੀ ਹੈ ਉਹ ਪੰਜਾਬੀ ਕੋਲੋਂ ਇਸ ਕਰਕੇ ਲੰਘ ਜਾਂਦਾ, ਉਹ ਕਹਿੰਦਾ ਹੁੰਦਾ ਮੈਂ ਕੀ ਲੈਣਾ। ਜੇ ਆਪਾਂ ਇਹੀ ਸੋਚਾਂਗੇ ਕਿ ਮੈਂ ਕੀ ਲੈਣਾ, ਜਦੋਂ ਆਪਾਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਵੀ ਮੇਰਾ ਇਹ ਮੇਰਾ ਦੇਸ਼ ਦਾ ਮੁੱਦਾ ਹੈ, ਇਹ ਮੇਰਾ ਆਪਣਾ ਮੈਟਰ ਹੈ, ਤਾਂ ਇਹ ਮੁੱਦਾ ਸੋਲਵ ਹੋਵੇਗਾ, ਤਾਂ ਇਹ ਮੁੱਦੇ ਕਾਮਯਾਬ ਹੋਣ। ਕੋਈ ਵੀ ਇੱਥੇ MP ਜਾਂ ਕੋਈ ਵੀ ਪੋਲੀਟੀਸ਼ੀਅਨ ਲੀਡਰ ਜਾਂ ਕੋਈ ਵੀ MLA ਕੋਈ ਵੀ ਮੌਜੂਦਾ ਕਿਸਾਨ ਦੇ ਨਾਲ ਨਹੀਂ ਖੜਾ, ਬੜੀ ਹੀ ਵੱਡੀ ਗੱਲ ਹੈ ਅਤੇ ਬੜਾ ਹੀ ਵੱਡਾ ਸਵਾਲ ਉੱਠਦਾ। ਚਾਹੇ ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਬਿਲੋਂਗ ਕਰਦਾ, ਪਰ ਮੈਂ ਅੱਜ ਇੱਕ ਕਾਮਨ ਮੈਨ, ਸਿੰਪਲ ਮੈਨ ਬਣ ਕੇ ਆਇਆ। ਬਹੁਤ ਮੰਦਭਾਗੀ ਗੱਲ ਹੈ, ਵੋਟਾਂ ਵੇਲੇ ਬਹੁਤ ਵੱਡੀਆਂ ਗੱਲਾਂ ਹਰੇਕ ਕੋਈ ਲੀਡਰ ਕਰਦਾ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਨਾਮ ਨਹੀਂ ਲੈਂਦਾ, ਪਰ ਅੱਜ ਇੱਥੇ ਉਹਨਾਂ ਨੂੰ ਖੜਨਾ ਚਾਹੀਦਾ ਸੀ, ਕਿਉਂਕਿ ਅੱਜ ਜਲੰਧਰ ਇਲੈਕਸ਼ਨ ਬਾਈ ਇਲੈਕਸ਼ਨ ਹੋ ਰਿਹਾ, ਹਰੇਕ ਪਾਰਟੀ ਦਾ ਲੀਡਰ ਇਸੇ ਟੋਲ ਪਲਾਜ਼ਾ ਤੋਂ ਲੰਘ ਕੇ ਜਾ ਰਿਹਾ। ਕੋਈ ਸਵਾਲ ਕਰਨਾ ਚਾਹੂੰਗਾ ਰਵਨੀਤ ਸਿੰਘ ਬਿੱਟੂ ਜੀ ਨੂੰ।
ਜਿਹੜੇ ਕੇਂਦਰੀ ਮੰਤਰੀ ਬਣੇ ਨੇ ਰੇਲ ਰਾਜਯ ਮੰਤਰੀ, ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? ਉਹ ਤਾਂ ਕਿਸਾਨਾਂ ਦੇ ਨਾਲ ਉਹਨਾਂ ਦੇ ਮਸਲੇ ਕਹਿੰਦੇ ਸੀ ਮੈਂ ਰੈੱਡ ਕਾਰਪੈਟ ਵਿਛਾ ਕੇ ਸੁਲਝਾਵਾਂਗਾ, ਮੈਂ ਪੁੱਲ ਦਾ ਕੰਮ ਕਰਾਂਗਾ। ਅੱਜ ਉਹ ਕਿਉਂ ਨਹੀਂ ਆਏ ਇੱਥੇ? ਅੱਜ ਉਹੀ ਕਿਸਾਨ ਨੇ, ਅੱਜ ਇਹ ਲੋਟੂ ਟੋਲਾ ਜਿਹੜਾ ਲੁੱਟ ਰਿਹਾ ਸੀ, ਅੱਜ NHI ਨੇ ਕੋਈ ਕਲੇਮ ਨਹੀਂ ਕੀਤਾ, ਕੋਈ ਵੀ NHI ਦਾ ਅਫਸਰ ਨਹੀਂ ਆਇਆ, ਕਿਸੇ ਨੇ ਆ ਕੇ ਇਹ ਨਹੀਂ ਕਿਹਾ। ਮੈਨੂੰ ਤਾਂ ਜਦੋਂ ਤੱਕ ਇਹ ਵੀ ਸ਼ੱਕ ਸੀ ਜੋ ਸੁਣਿਆ ਵੀ ਇਹ ਬਿਨਾਂ ਠੇਕੇ ਤੋਂ ਹੀ ਕੰਟੀਨਿਊ ਹੋ ਰਿਹਾ। ਲੇਕਿਨ ਮੈਂ ਗੱਲ ਕਰਾਂ, ਇੱਥੇ ਵਰਕਰ ਜਿਹੜੇ ਬੈਠੇ ਹੁੰਦੇ ਸੀ, ਪਰਚੀ ਵਗੈਰਾ ਕੱਢਦੇ ਸੀਗੇ, ਕਿੱਥੇ ਗਏ? ਮੈਂ ਤੁਹਾਡੇ ਕੱਲ੍ਹ ਚੈਨਲ 'ਤੇ ਇੱਕ ਇੰਟਰਵਿਊ ਸੁਣੀ ਸੀ ਸਾਡੀਆਂ ਭੈਣਾਂ ਦੀ, ਉਹ ਭੈਣਾਂ ਰੋ ਰਹੀਆਂ ਸੀਗੀਆਂ ਵੀ ਸਾਡਾ ਕੰਮ ਬੰਦ ਹੋ ਰਿਹਾ ਜੀ, ਸਾਡੀ ਰੋਜ਼ੀ ਰੋਟੀ। ਮੈਂ ਉਹਨਾਂ ਭੈਣਾਂ ਨੂੰ ਇਹੀ ਕਹਿਣਾ ਚਾਹੁੰਦਾ, ਤੁਸੀਂ ਘਬਰਾਓ ਨਾ, ਆਪਾਂ ਲੁਧਿਆਣੇ ਦੇ ਵਿੱਚ ਰਹਿ ਰਹੇ ਹਾਂ, ਕੋਈ ਪਿੰਡ ਦੇ ਵਿੱਚ ਨਹੀਂ ਰਹਿ ਰਹੇ। ਉਹ ਕੰਮ ਕਰਨ ਵਾਸਤੇ ਤਾਂ ਮਿਹਨਤੀ ਬੰਦੇ ਨੂੰ ਕੰਮ ਦੀ ਕੋਈ ਕਮੀ ਨਹੀਂ ਹੈ, ਪਰ ਇਹ ਜਿਹੜਾ ਲੋਟੂ ਟੋਲਾ ਕਿਸੇ ਦੇ ਛਾਤੀ 'ਤੇ ਪੈਰ ਰੱਖ ਕੇ ਲੁੱਟ ਕੇ ਤੁਹਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ, ਇਹ ਉਹਨਾਂ ਬਾਰੇ ਵੀ ਸੋਚਿਆ ਜਾਵੇ ਨਾ। ਸੋ ਉਹਨਾਂ ਭੈਣਾਂ ਨੂੰ ਵੀ ਇੱਕ ਸੁਨੇਹਾ ਦਊਂਗਾ ਜਿਨ੍ਹਾਂ ਨੇ ਕੰਮ ਕਰਨਾ, ਲੁਧਿਆਣੇ ਦੇ ਵਿੱਚ ਬਹੁਤ ਕੰਮ ਹੈ, ਬਾਹਰੋਂ ਜਦੋਂ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਕੰਮ ਕਰਦੇ ਨੇ, ਕੋਈ ਕੰਮ ਦੀ ਕੋਈ ਕਮੀ ਨਹੀਂ। ਉਹ ਉਹਨਾਂ ਭੈਣਾਂ ਨੂੰ ਇਹੀ ਕਹੂੰਗਾ ਕਿ ਸਾਡਾ ਇਸ ਲੋਟੂ ਟੋਲੇ ਦੇ ਵਿੱਚ ਇਹਨੂੰ ਹਟਾਉਣ ਦੇ ਵਿੱਚ ਸਾਡਾ ਸਾਥ ਦੇ। ਲੋਕ ਬੜੇ ਇੱਥੇ ਆਉਂਦੇ ਜਾਂਦੇ ਨੇ, ਤਾਦਾਦਾਂ ਦੇ ਵਿੱਚ ਇੱਥੇ ਲੱਖਾਂ ਦੇ ਵਿੱਚ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, 400 ਰੁਪਏ ਰੇਟ ਕਰਤਾ। ਐਸੀ ਕਿਹੜੀ ਸਰਕਾਰ ਨੂੰ ਵਿਪਤਾ ਹੈਗੀ ਹੈ, ਐਸੀ ਕਿਹੜੀ ਲੁੱਟ ਖੋ ਹੈਗੀ ਹੈ ਜਿਹੜੀ ਕਿ 400 ਰੇਟ ਕਰਤਾ ਵਾ? ਗੱਲ ਇਹ ਹੈ ਜੀ, 400 ਰੁਪਏ ਰੇਟ ਕਰਨਾ ਇਹ 150 ਰੁਪਏ ਤੋਂ ਸ਼ੁਰੂ ਹੋਇਆ ਸੀਗਾ। 24 ਘੰਟੇ ਦੀ ਪਰਚੀ ਹੁੰਦੀ ਸੀ, ਉਹ 24 ਘੰਟੇ ਵੈਲਿਡ ਹੁੰਦੀ ਸੀ, ਤੁਸੀਂ ਜਿੰਨੀ ਵਾਰੀ ਮਰਜ਼ੀ ਆ। 24 ਘੰਟੇ ਤੋਂ ਬਾਅਦ ਉਹਨਾਂ ਨੇ ਵਨ ਸਾਈਡ ਕੀਤੀ, ਕੋਈ ਨਹੀਂ ਬੋਲਿਆ। ਇਹ ਸਿਰਫ ਅਤੇ ਸਿਰਫ ਜਿਹੜਾ ਜਜ਼ਬਾ ਅਤੇ ਜਨੂੰਨ ਹੈ ਨਾ ਕਿਸਾਨਾਂ ਦੇ ਵਿੱਚ, ਤੁਸੀਂ ਮੈਂ ਵੀ ਇੱਕ ਦਿਨ ਤੋਂ ਵੱਧ ਇਸ ਧਰਨੇ 'ਤੇ ਨਹੀਂ ਬਹਿ ਸਕਦੇ, ਕਿਉਂਕਿ ਸਾਨੂੰ ਆਪਣੀਆਂ ਪਰਿਵਾਰਕ ਮਜਬੂਰੀਆਂ ਰੁਝੇਵੇ ਮਾਰ ਜਾਂਦੇ। ਸੋ ਅੱਜ ਇਹਨਾਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ। ਮੈਂ ਲੋਕਾਂ ਨੂੰ ਤਾਂ ਕਰਕੇ ਰੋਕ ਕੇ ਅਪੀਲ ਕਰ ਰਿਹਾ ਸੀ ਕਿ ਤੁਸੀਂ ਇੱਥੇ ਆ ਕੇ ਨਾਲ ਸਾਥ ਦਿਓ। ਵੱਡੇ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਵਗੈਰਾ ਇੱਦਾਂ ਦੀ ਕੁਛ ਹੋਈ ਕਿਸਾਨ? ਕਿਸਾਨ ਜਥੇਬੰਦੀਆਂ ਦੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਦੱਸਿਆ ਸੀ ਕੋਈ SDM ਸਾਹਿਬ ਜਾਂ ਹੋਰ ਵੀ ਵੱਡੇ ਵੱਡੇ ਅਧਿਕਾਰੀ ਆਏ ਸੀ, ਪਰ ਉਹਨਾਂ ਦਾ ਕੋਈ ਜਿਹੜੀ ਉਹ ਸੋਲਿਊਸ਼ਨ ਸੀ ਉਹ ਕੋਈ ਸਿੱਟੇ ਨਹੀਂ ਚੜਿਆ, ਕੋਈ ਰਿਜ਼ਲਟ ਤਾਂ ਨਹੀਂ ਆਇਆ। ਸੋ ਅੱਜ ਪਰਮਾਨੈਂਟ ਇਸੇ ਕਰਕੇ ਉਹਦਾ ਤਾਲਾ ਲਾਉਣ ਆਏ ਨੇ, ਅਤੇ ਮੈਂ ਬਹੁਤ ਖੁਸ਼ੀ ਮਨਾ ਰਿਹਾ, ਮੈਨੂੰ ਬਹੁਤ ਖੁਸ਼ੀ ਹੈ। ਇੱਕ ਰਾਤ ਖੁਸ਼ੀ ਹੋਈ ਸੀ ਕਿ ਇੰਡੀਆ ਵਰਲਡ ਕੱਪ ਜਿੱਤਿਆ, ਔਰ ਅੱਜ ਇੱਕ ਇਹ ਖੁਸ਼ੀ ਹੋਈ ਹੈ ਕਿ ਸਭ ਤੋਂ ਵੱਡਾ ਲੋਟੂ ਟੋਲਾ ਇਹ ਬੰਦ ਹੋਣ ਜਾ ਰਿਹਾ। ਸੋ ਬਿਲਕੁਲ, ਇਹ ਤਸਵੀਰਾਂ ਨੇ ਜਿਹੜੇ ਕਿ ਰਾਜੀਵ ਗੁਗਲਾਨੀ ਸਾਡੇ ਨਾਲ ਜੁੜੇ ਸੀਗੇ, ਅਤੇ ਉਹਨਾਂ ਨੇ ਕਿਹਾ ਕਿ ਇਹ ਲਾਡੋਵਾਲ ਟੂਲ ਪਲਾਜ਼ਾ ਲੁੱਟ ਟੂਲ ਪਲਾਜ਼ਾ ਵਾ, ਜਿੱਥੇ ਕਿ ਇਸ ਨੂੰ ਬੰਦ ਕੀਤਾ ਜਾਵੇ, ਪੱਕਾ ਤਾਲਾ ਲਾਇਆ ਜਾਵੇ। ਅਤੇ ਅੱਜ ਉਹੀ ਕਿਸਾਨ ਜਥੇਬੰਦੀਆਂ ਜਿੱਥੇ ਤਾਲਾ ਲਾਉਣ ਆਈਆਂ ਨੇ, ਅਤੇ ਇਸ ਲੁੱਟ ਟੋਲ ਪਲਾਜ਼ੇ ਨੂੰ ਜਿਹੜਾ ਕਿ ਅੱਜ ਬੰਦ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ, ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ। ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ, ਹਨੀ ਦੇ ਨਾਲ ਯੂਮਬੇ ਰਿਪੋਰਟ, ਧੰਨਵਾਦ।